ਇਹ ਅਸਲ ਦੇ ਵਿੱਚ ਸਿੱਖਾਂ ਨੇ ਨੀ ਨਾ ਅੰਦਰੋਂ ਨਾ ਬਾਹਰੋਂ ਬਾਹਰੋਂ ਦਾ ਬਾਣੀ ਨਾਲ ਜਿਹੜਾ ਗੁਰੂ ਨੇ ਵਾਲਾ ਦਿੱਤਾ ਉਹਨੂੰ ਨੀ ਚੰਗਾ ਸਮਝਦੇ ਅੰਦਰੋਂ ਬਾਣੀ ਨੂੰ ਨੀ ਚੰਗਾ ਸਮਝਦੇ ਕਹਿੰਦੇ ਅਸੀਂ ਸਿੱਖਾਂ ਨਾ ਇਹ ਬਾਣੀ ਨੂੰ ਚੰਗਾ ਸਮਝਦੇ ਨੇ ਨਾ ਬਾਣੀ ਨੂੰ ਚੰਗਾ ਬਾਣਾ ਵੀ ਇਹਨਾਂ ਨੇ ਆਪਣੇ ਮਤਲਬ ਦਾ ਬਣਾ ਲਿਆ ਹੁਣ ਉਹ ਪੈਂਟਾਂ ਪਾਉਣ ਲੱਗ ਗਏ ਨਾਲ ਸਰਪਾਣ ਪਾਉਣ ਲੱਗ ਗਏ ਪੱਗ ਦਾ ਸਟਾਈਲ ਆਪਣਾ ਬਣਾ ਲਿਆ ਜਾਏਗਾ ਠੇਕੇਦਾਰ ਪ੍ਰਚਾਰ ਦੇ ਬਣੇ ਬੈਠੇ ਨੇ ਜਿਹੜੀਆਂ ਗੱਲਾਂ ਕਰਦੇ ਨੇ ਗੁਰੂ ਦੇ ਅਸੀਂ ਸ਼ਰੀਕ ਨੀ ਬਣ ਦੇਣਾ ਸ਼ਰੀਕ ਤਾਂ ਤੁਸੀਂ ਆਪ ਬਣੇ ਬੈਠੇ ਹੋ ਗੁਰੂ ਦੇ ਗੁਰਮਤ ਤੁਸੀਂ ਜੋ ਆਪ ਸਮਝੀ ਉਹਨੂੰ ਕਹਿੰਦੇ ਹੋ ਗੁਰਮਤ ਹੈ ਉਹ ਗੁਰਮਤ ਹੈ ਨੀ ਜੋ ਤੁਸੀਂ ਪ੍ਰਚਾਰ ਕਰਦੇ ਹੋ ਤਾਂ ਗੁਰਮਤ ਹੈ ਨੀ ਸ਼ਰੀਕ ਤਾਂ ਤੁਸੀਂ ਹੋ ਗੁਰਮਤ ਦੇ ਸਾਫ ਸੁਣਦਾ ਉਹ ਗੁਰਮਤ ਦਾ ਸ਼ਰੀਕ ਹੈ ਗੁਰੂ ਦਾ ਸ਼ਰੀਕ ਹੈ ਉਹ ਗ੍ਰੰਥ ਨੀ ਹੈ ਸ਼ਰੀਕ ਸਾਫ ਸੁਣਾ ਠੀਕ ਹੈ ਸ਼ਰੀਕ ਹੈ ਹਾਂਜੀ ਇਹ ਗੱਲ ਠੀਕ ਹੈ ਇਹ ਗੱਲ ਠੀਕ ਹੈ ਜੀ ਹਾਂ ਜੀ ਸਾਰੇ ਸਾਹਿਬ ਸਿੰਘ ਦੇ ਟੀਕੇ ਹੀ ਪੜ੍ਹਦੇ ਹੈ ਕੋਈ ਹੋਰ ਟੀਕਾ ਪੜ੍ਹਦੇ ਨਾ ਉਹ ਸ਼ਰੀਕ ਹੈ ਉਹ ਗੁਰਮਤ ਦਾ ਸ਼ਰੀਕ ਹੈ ਉਹ ਗ੍ਰੰਥ ਦਾ ਨੀ ਕੋਈ ਸ਼ਰੀਕ ਹੁੰਦਾ ਵਿਚਾਰਧਾਰਾ ਦਾ ਸ਼ਰੀਕ ਹੁੰਦਾ ਗ੍ਰੰਥ ਦਾ ਕੀ ਸ਼ਰੀਕ ਹੋ ਜੂਗਾ ਉਹਨੇ ਵਿਚਾਰਧਾਰਾ ਉਹਦੇ ਸ਼ਰੀਕ ਹੋ ਤੁਸੀਂ ਬਾਣੀ ਕਰਕੇ ਵੀ ਬਾਣੀ ਕਰਕੇ ਵੀ ਸਾਫ ਸੁਣਾ ਠੀਕ ਹੈ ਸ਼ਰੀਕ ਹੈ ਨਹੀਂ ਸ਼ਰੀਕ ਇਹਦੇ ਬਹਿਸ ਕਰੋ ਇਹਦੇ ਵਿਚਾਰ ਕਰੋ ਜੋ ਉਹਨਾਂ ਲਿਖਿਆ ਸੀ ਟੀਕਾ ਤਾਰਾ ਸਿੰਘ ਰੋਹਤਨ ਉਹ ਵੀ ਸ਼ਰੀਕ ਹੈ ਉਹ ਵੀ ਵਿਚਾਰਧਾਰਾ ਹੈ ਵਿਚਾਰਧਾਰਾ ਵੀ ਸ਼ਰੀਕ ਹੈ ਯਾਨੀ ਇਹ ਟੀਕੇ ਜਿੰਨੇ ਵੀ ਨੇ ਮੋਸਟਲੀ ਸ਼ਰੀਕ ਹੀ ਹੁੰਦੇ ਨੇ ਜੇ ਪੂਰੀ ਗੱਲ ਨਾ ਕਰਨ ਜੇ ਉਹ ਗੱਲ ਉਲਟ ਕਰਦੇ ਨੇ ਸ਼ਰੀਕ ਤਾਂ ਉਹ ਨੇ ਟੀਕੇ ਦੇ ਆਪਣੀ ਗੱਲ ਹੀ ਕੱਟੀ ਜਾਣ ਉਹ ਗੁਰਮਤ ਤੋਂ ਖਿਲਾਫ ਜਿਹੜਾ ਪ੍ਰਚਾਰ ਹੈ ਉਹੀ ਸ਼ਰੀਕ ਹੁੰਦਾ ਬੜਭੂਸਾ ਜਾਣ ਕੇ ਪੈਦਾ ਕਰਦੇ ਨੇ ਗੁਮਰਾਹ ਕਰਦੇ ਨੇ ਲੋਕਾਂ ਨੂੰ ਸ਼ਰੀਕ ਸ਼ਰੀਕ ਕਰਕੇ ਸਿੱਖ ਜੋ ਪ੍ਰਚਾਰ ਸਿੱਖੀ ਦਾ ਕਿੰਨੇ ਸਿੱਖ ਨੇ ਜਿਹਨਾਂ ਨੂੰ ਕਮੀ ਨਹੀਂ ਲੱਗਦੀ ਬਹੁਤ ਸਿੱਖ ਨੇ ਜਿਹਨਾਂ ਨੂੰ ਕਮੀ ਨਹੀਂ ਲੱਗਦੀ ਬਹੁਤ ਸਾਰੇ ਜਿਹਨਾਂ ਨੂੰ ਕਮੀ ਲੱਗਦੀ ਹੈ ਬਹੁਤ ਸਾਰੇ ਇਹੋ ਜਿਹੇ ਨੇ ਜਿਹਨਾਂ ਨੂੰ ਦੱਸੇ ਤੇ ਪਤਾ ਚੱਲੇ ਕਮੀ ਕੀ ਹੈ ਡਿਫੈਕਟਿਵ ਪ੍ਰਚਾਰ ਹੈ ਡਿਫੈਕਟਿਵ ਹੈ ਪ੍ਰਚਾਰ ਤੇ ਕਮੀ ਵਾਲੀ ਚੀਜ਼ ਨੂੰ ਕਮੀ ਵਾਲੀ ਵੀ ਸਾਬਤ ਕਰਤਾ ਕਮੀ ਵਾਲੀ ਹੈ ਗੁਰਮਤ 'ਚ ਕੋਈ ਕਮੀ ਨਹੀਂ ਹੈ ਪਰ ਸਿੱਖਾਂ 'ਚ ਕਮੀਆਂ ਨੇ ਕਿੱਥੋਂ ਆਈਆਂ ਨੇ ਪਹਿਲੀ ਗੱਲ ਦੂਜੀ ਮੱਤਾਂ ਤੂੰ ਆਈਆਂ ਉਹ ਤੂੰ ਮਾਇਆ ਦੇ ਨਸ਼ੇ 'ਚ ਆਈਆਂ ਦੂਜੇ ਮੱਤਿਆਂ ਨਾਲ ਨਹੀਂ ਆਈਆਂ ਠੀਕ ਹੈ ਜੋ ਸਾਨੂੰ ਪੜ੍ਹਾਏ ਨੇ ਉਹਨਾਂ 'ਚੋਂ ਆਈਆਂ ਨੇ ਅਰਥ ਕਰਕੇ ਦਿੱਤੇ ਨੇ ਉਹਨਾਂ 'ਚੋਂ ਆਈਆਂ ਨੇ ਉਹ ਟੀਕਿਆਂ ਤੇ ਦੂਜੀਆਂ ਮੱਤਾਂ ਦਾ ਪ੍ਰਭਾਵ ਹੈ ਤਾਂ ਹੀ ਤਾਂ ਮੈਂ ਸ਼ਰੀਕ ਕਿਹਾ ਉਹ ਟੀਕਿਆਂ ਨੂੰ ਦੂਜੀ ਮੱਤ ਦਾ ਪ੍ਰਭਾਵ ਤੁਸੀਂ ਦਸਵਾਂ ਰਾਤ ਤੇ ਸਾਬਤ ਕਰੋ ਫਿਰ ਅਸੀਂ ਸ਼ਰੀਕ ਮੰਨਾਂਗੇ ਟੀਕਿਆਂ ਤੇ ਦੂਜੀ ਮੱਤ ਦਾ ਪ੍ਰਭਾਵ ਹੈ ਮਾੜਾ ਤਾਂ ਮਾੜਾ ਹੈ ਉਹ ਚੰਗਾ ਵੀ ਚੰਗਾ ਨਹੀਂ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬੁਰਾ ਤਾਂ ਇਸ ਕਰਕੇ ਕੋਈ ਨੀ ਬੁਰਾਈ ਅਸੀਂ ਕਰ ਨਹੀਂ ਸਕਦੇ ਸਾਡੇ ਵੱਸ ਦੀ ਗੱਲ ਨਹੀਂ ਹੈ ਬੁਰਾਈ ਤਾਂ ਅਸੀਂ ਕਰ ਨਹੀਂ ਸਕਦੇ ਕੋਈ ਹੁਕਮ ਦਾ ਵਿਰੋਧ ਤਾਂ ਅਸੀਂ ਕਰ ਨਹੀਂ ਸਕਦੇ ਪਰ ਚੰਗੇ ਨੀ ਅਸੀਂ ਹੁਕਮ ਮੰਨਦੇ ਨੀ ਹਾਂ ਇਹ ਮੰਨਦੇ ਹਾਂ ਵੀ ਅਸੀਂ ਕਰਦੇ ਹਾਂ ਹੁਕਮ ਦਾ ਵਿਰੋਧ ਕਰਦੇ ਹਾਂ ਇਸ ਕਰਕੇ ਅਸੀਂ ਚੰਗੇ ਨੀ ਬੁਰੇ ਇਸ ਕਰਕੇ ਨੀ ਗਏ ਹੁਕਮ ਦਾ ਵਿਰੋਧ ਕਰਕੇ ਅਸੀਂ ਕਰ ਕੁਛ ਨੀ ਸਕਦੇ ਨਹੀਂ ਤਾਂ ਇਹ ਪੰਕਤੀ ਦਾ ਅਰਥ ਤੁਸੀਂ ਕਿਵੇਂ ਕਰੋਗੇ ਹੁਣ ਦੋਵਾਂ ਵਿਦਵਾਨ ਤਾਂ ਕਹਿਣਗੇ ਜਾਂ ਅਸੀਂ ਬੁਰੇ ਨੀ ਫਿਰ ਚੰਗੇ ਹੀ ਹਾਂ ਹੁਣ ਵਿਚਾਲੇ ਕੀ ਹੈ ਇਹਦੇ ਫਿਰ ਵਿਚਾਲੇ ਕੁਛ ਹੈ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਵਿਦਵਾਨ ਕਹਿੰਦੇ ਚੰਗੇ ਹੋਣਗੇ ਜਾਂ ਬੁਰੇ ਹੋਣਗੇ ਜੇ ਅਸੀਂ ਬੁਰੇ ਨਹੀਂ ਫਿਰ ਚੰਗੇ ਹੀ ਹਾਂ ਠੀਕ ਹੈ ਨਹੀਂ ਨਹੀਂ ਅਸੀਂ ਵਿਚਾਲੇ ਖੜੇ ਹਾਂ ਨਾ ਚੰਗੇ ਹਾਂ ਨਾ ਬੁਰੇ ਹਾਂ ਬੁਰੇ ਅਸੀਂ ਇਸ ਕਰਕੇ ਹਾਂ ਬੁਰਾ ਸੋਚਦੇ ਹਾਂ ਕਰ ਨਹੀਂ ਸਕਦੇ ਬੁਰਾ ਸੋਚ ਸਕਦੇ ਹਾਂ ਕਰ ਨਹੀਂ ਸਕਦੇ ਇਸ ਕਰਕੇ ਬੁਰੇ ਤਾਂ ਨੀ ਬੁਰਾ ਸਾਤੇ ਹੋਇਆ ਹੀ ਨੀ ਕੁਛ ਬੁਰੇ ਕਿਵੇਂ ਹੋਗੇ ਚੰਗੇ ਇਸ ਕਰਕੇ ਨੀ ਕਿ ਬੁਰਾ ਅਸੀਂ ਸੋਚਦੇ ਕਿਉਂ ਸੋਚਿਆ ਇਸ ਕਰਕੇ ਅਸੀਂ ਬੁਰਾ ਸੋਚਦੇ ਹਾਂ ਇਸ ਕਰਕੇ ਅਸੀਂ ਚੰਗੇ ਨੀ ਬੁਰਾ ਸੋਚ ਕੇ ਅਸੀਂ ਬੁਰਾਈ ਕਿਸੇ ਦੀ ਕਰ ਨਹੀਂ ਸਕਦੇ ਇਸ ਕਰਕੇ ਅਸੀਂ ਮਾੜੇ ਵੀ ਨਹੀਂ ਇੱਥੇ ਇਹ ਵਿਦਵਾਨ ਇੱਥੇ ਕਿਵੇਂ ਜਾਣ ਪਹੁੰਚਣਗੇ ਇਹ ਫਿਲੋਸਫੀ ਵਿਦਵਾਨ ਫਿਲੋਸਫਰ ਨਹੀਂ ਹੁੰਦਾ ਫਿਲੋਸਫਰ ਫਿਰ ਵਿਦਵਾਨ ਨਹੀਂ ਰਹਿੰਦਾ ਫਿਲੋਸਫਰ ਵਿਦਵਾਨ ਨਹੀਂ ਰਹਿੰਦਾ ਹੁੰਦਾ